بسم اللہ الرحمن الرحیم میرے जिम्मे میں ਤੁਸੀਂ یوٹیوب ਤੇ ਪੈਣਾ ਪੜਾ ਕੰਮ ਕਰਦੇ ਹੋ ਮੇਰੀ ਤਰਫੋਂ ਸਭ ਨੂੰ ਸलाम ਤੇ ਜਿਹੜੇ ਨਹੀਂ ਕੰਮ ਕਰਦੇ ਉਹਨਾਂ ਨੂੰ ਵੀ ਸलाम ਤੇ ਬਾਕੀ ਅੱਜ ਦੀ ਵੀਡੀਓ ਮੈਂ ਕੁਛ ਇਸ ਮوضوع ਤੇ ਬਣਾਵਾਂ ਦਾ ਕਿ ਮੈਂ ਆਪਣੇ ਭੈਣਾ ਭਰਾਵਾਂ ਨੂੰ ਦੱਸਿਆ ਸੀ ਕਿ ਮੈਂ ਜਾ ਰਿਹਾ ਕੁਛ ਆਪਣੀ ਸਕਿਉਰਟੀ ਦੇ ਸਿਸਟਮ ਵਾਸਤੇ ਜਾਣਾ ਸੀ ਲੇਕਿਨ ਸਾਡੇ ਇੱਕ ਵਰਕਰ ਨੂੰ ਜਿਹੜਾ ਤੇ ਕੋਵੀ ਹੋ ਗਿਆ ਤੇ ਉਹ ਕੋਵੀ ਦੀ ਸ਼ਿਕਾਇਤ ਹੋਣ ਦੇ ਨਾਲ ਫਿਰ ਉਹਨੂੰ ਇੱਕ ਹਫਤਾ ਜਿਹੜਾ ਘਰ ਰਹਿਣਾ ਪੈਣਾ ਤੇ ਉਹਦੀ ਵਜ੍ਹਾ ਤੋਂ ਫਿਰ ਮੈਂ ਨਹੀਂ ਜਾ ਸਕਿਆ ਤੇ ਲਿਹਾਜ਼ਾ ਜਿਹੜਾ ਇਨਸ਼ਾਅੱਲਾਹ ਲਾ ਖੈਰ ਰੱਖੇ ਤੇ 28 ਤਰੀਕ ਨੂੰ ਸਾਡਾ ਇੱਕ ਵਰਕਰ ਪਾਕਿਸਤਾਨ ਤੋਂ ਆ ਰਿਹਾ ਹੈ ਉਹ ਆ ਗਿਆ ਤੇ ਪਹਿਲੀ 2 ਤਰੀਕ ਨੂੰ ਫਿਰ ਮੈਂ ਜਾਵਾਂਗਾ ਤੇ ਮੈਂ ਆਪਣੀ ਸਾਰੀ ਹਾਲ ਹਕੀਕਤ ਦੱਸਾਂਗਾ ਤੇ ਬਾਕੀ ਉਸ ਲੋਕ ਨੇ ਜਿਨ੍ਹਾਂ ਨੇ ਵੀਡੀਓ ਥੋੜੀ ਜੀ ਵਿੱਚੋਂ ਡਿਲੀਟ ਕਰ ਦਿੱਤੀ ਹੈ ਲੇਕਿਨ ਵੀਡੀਓ ਸਾਡੇ ਕੋਲ ਤੇ ਹੁਣ ਮੁਕੰਮਲ ਹੈ ਵੇਖੋ ਇੱਕ ਚੀਜ਼ ਜਦੋਂ ਛੜੀ ਹੋਈ ਹੈ ਤੇ ਉਹਨੂੰ ਹੁਣ ਬਾਅਦ ਚ ਡਿਲੀਟ ਨਹੀਂ ਕਰਨਾ ਅਗਰ ਮੇਰੇ ਕਿਸੇ ਭੈਣ ਭਰਾ ਨੇ ਉਹ ਵੀਡੀਓ ਵੇਖਣੀ ਹੋਵੇ ਤੇ ਸਾਡੀ ਇੱਕ ਇੰਸਟਾਗ੍ਰam ਤੇ ਚੈਨਲ ਹੈ ਉਹ ਸ਼ਾਹ ਸਾਹਿਬ ਦਾ ਉਹਨਾਂ ਤੇ ਜਾ ਕੇ ਤੁਸੀਂ ਉਹ ਵੀਡੀਓ ਮੁਕੰਮਲ ਵੇਖੋ ਤੇ ਜਿਹੜਾ ਬੰਦਾ ਝੂਠਾ ਹੁੰਦਾ ਹੈ ਉਹ ਆਪਣੇ ਝੂਠ ਛੁਪਾਉਣ ਵਾਸਤੇ ਫਟੋ ਫਟ ਵੀਡੀਓ ਕੱਟ ਕੇ ਵੀ ਚੋਂ ਡਿਲੀਟ ਕਰ ਦਿੱਤੀ ਏ ਤੇ ਅਗਰ ਤੁਸੀਂ ਜ਼ਿਆਦਾ ਹੁਸ਼ਿਆਰ ਹੋਤੇ ਅਸੀਂ ਵੀ ਬਹੁਤ ਹੁਸ਼ਿਆਰ ਤੇ ਬਾਕੀ ਵੇਖੋ ਗੱਲਾਂ ਜਿਹੜੀਆਂ ਜਿਹੜੀਆਂ ਕੀਤੀਆਂ ਨੇ ਉਹ ਸਾਰੀ ਆਵਾਮ ਨੂੰ ਪਤਾ ਹੈ ਤੇ ਵੀਡੀਓ ਡਿਲੀਟ ਕੱਟ ਕੇ ਜਿਹੜੀ ਵੀਡੀਓ ਕੱਟਣ ਦਾ ਮਕਸਦ ਇਹ ਹੀ ਏ ਕਿ ਜੋ ਸੱਚ ਗੱਲ ਹੋ ਸਾਹਮਣੇ ਆਈ ਏ ਉਹ ਗੱਲਾਂ ਇਸ ਤਰ੍ਹਾਂ ਨਹੀਂ ਆ ਨੇ ਕਿ ਤੂੰ ਜੋ ਕੁਛ ਕਰਵਾ ਰਿਆ ਤੂੰ ਕਰਵਾ ਰਿਆ ਗੱਲਾਂ ਤੂੰ ਆਖੀਆਂ ਨੇ ਤੇ ਉਸ ਤੋਂ ਬਾਅਦ ਤੂੰ ਹਾਇਰ ਵੀ ਕੀਤਾ ਉਹਨੂੰ ਤੇ ਕੋਈ ਮਸਲਾ ਕੋ ਨਹੀਂ ਅੱਲਾ ਤਾਲਾ ਜਿਸ ਬੰਦੇ ਦੇ ਨਾਲ ਹੋਵੇ ਤੇ ਜਿਸ ਬੰਦੇ ਦੇ ਨਾਲ ਉਹਦੇ ਮਾਂ ਤੇ ਬਾਪ ਦੀਆਂ ਦੁਆਵਾਂ ਹੋਣ ਉਹਨੂੰ ਇਸ ਦੁਨੀਆ ਤੇ ਕੋਈ ਬੰਦਾ ਹਾਰ ਨਹੀਂ ਦੇ ਸਕਦਾ ਇਹ ਮੇਰਾ ਯਕੀਨ ਏ ਤੇ ਮੇਰਾ ਏਕੀਦਾ ਹੈ ਕਿਉਂ ਮੈਂ ਮੁਸਲਮਾਨ ਤੇ ਇੱਕ ਮੁਸਲਮਾਨ ਦਾ ਜਿਹੜਾ ਇਹ ਏਕੀਦਾ ਹੁੰਦਾ ਹੈ ਅੱਲਾਹ ਤੇ ਅੱਲਾਹ ਦੇ ਰਸੂਲ ਤੇ ਤੇ ਆਪਣੇ ਨਬੀ ਭਾਗ ਤੇ ਤੇ ਉਸ ਤੋਂ ਬਾਅਦ ਮੈਨੂੰ ਮੇਰੇ ਮਾਂ ਤੇ ਬਾਪ ਦੀ ਦੁਆਏ ਤੇ ਮੇਰੀ ਭੈਣ ਦੀ ਵੀ ਦੁਆਏ ਤੇ ਜੁਰਮ ਮੈਂ ਇਹ ਹੀ ਸਭ ਤੋਂ ਵੱਡਾ ਕੀਤਾ ਜਿਹੜੀ ਮੈਂ 2 ਏਕੜ ਜ਼ਮੀਨ ਨਹੀਂ ਦਿੱਤੀ 15 ਸਾਲ ਤੋਂ ਜ਼ਮੀਨ ਖਾਰਿਆ ਸੈਂ ਲੇਕਰ ਹੁਣ ਤੂੰ ਉਹ ਪ੍ਰਾਪਰਟੀ ਜਿਹੜੀ ਮੇਰੀ ਉਹ ਆਪਣੇ ਨਾਂ ਲਵਾਣੀ ਚਾਹੁੰਦਾ ਸਾਂ ਲੇਕਿਨ ਉਹ ਤੈਨੂੰ ਮੈਂ ਨਹੀਂ ਦਿੱਤੀ ਤੇ ਉਹ ਤੈਨੂੰ ਮੈਂ ਦੇਣੀ ਵੀ ਨਹੀਂ ਉਸ ਤੋਂ ਬਾਅਦ ਦੂਸਰਾ ਜੁਰਮ ਮੈਂ ਐ ਕੀਤਾ ਕਿ ਮੈਂ ਆਪਣੀ ਹਮਸ਼ੀਰਾ ਨੂੰ ਤੇ ਅਮੀਰਾਂ ਨੂੰ ਜਗ੍ਹਾ ਬਣਾ ਕੇ ਦਿੱਤੀ ਏ ਉਹ ਸਕੂਨ ਦੀ ਜ਼ਿੰਦਗੀ گزارਦੀਆਂ ਨੇ ਤੇ ਇਹ ਵੀ ਬਹੁਤ بڑا ਜੁਰਮ ਏ ਮੇਰੇ ਵਾਸਤੇ ਮੈਂ ਜਿਹੜਾ ਕੀਤਾ ਤੇ ਵੇਖੋ ਇੱਕ ਮਾਂ ਤੇ ਬਾਪ ਨੂੰ ਸੰਭਾਲਣਾ ਜਾ ਮਾਤਾ ਤੇ ਬਾਪ ਦੀ ਖਿਦਮਤ ਕਰਨੀ ਇਹ ਕੋਈ ਬੜਾ ਜੁਰਮ ਕੋਨੀ ਤੇ ਅਗਰ ਤੂੰ ਇਸ ਚੀਜ਼ ਨੂੰ ਅੱਛਾ ਨਹੀਂ ਸਮਝਦਾ ਤੇ ਉਹ ਤੇਰੀ ਮਰਜ਼ੀ ਦੀ ਗੱਲ ਏ ਕਿਉਂਕਿ ਤੇਰੇ ਤੇ ਅੱਲਾ ਦੀ ਜ਼ਾਤ ਜਿਹੜੀ ਏ ਉਹ ਨਾਰਾਜ਼ ਏ ਤੇ ਜਿਸ ਟਾਈਮ ਅੱਲਾ ਦੀ ਜ਼ਾਤ ਬੰਦੇ ਤੇ ਨਾਰਾਜ਼ ਹੋਵੇ ਨਾ ਤੇ ਫਿਰ ਬੰਦੇ ਦਾ ਜ਼ੇਨ ਅਕਲ ਸੋਚ ਕੰਮ ਨਹੀਂ ਕਰਦੀ ਤੇ ਰਸਤੇ ਮੈਨੂੰ ਕਿਸੇ ਕਿਸਮ ਦੇ ਸਾਫ਼ ਕਰਨ ਦੀ ਨਾ ਕੋਈ ਜ਼ਰੂਰਤ ਹੈ ਸੀ ਤੇ ਨਾ ਮੈਂ ਕਰਨੇ ਹੀ ਸਨ ਲੇਕਿਨ ਉਹਦੀ ਵਜ੍ਹਾ ਇਹ ਕਿ ਮੈਂ ਤੇ ਫਿਰ ਵੀ ਇਹ ਹੀ ਆਖਿਆ ਸੀ ਕਿ ਚਲੋ ਫਿਰ ਵੀ ਸਾਡਾ ਆਪਣਾ ਖੂਨ ਹੈ ਤੇ ਜੇ ਉਹ ਸੁਲਾ ਕਰਦਾ ਤੇ ਕਰ ਲਵੋ ਉਹਦੀ ਵਜ੍ਹਾ ਇਹ ਕਿ ਸੁਲਾ ਤੂੰ ਪਾਈ ਅਸलम ਨੂੰ ਫੋਨ ਕੀਤਾ ਸੀ ਲੇਕਿਨ ਉਹ ਇੱਕ ਝਟ ਦੀ ਵੀ ਧਾਰ ਨੇ ਉਹ ਤੇਰੀ ਰਿਕਾਰਡਿੰਗ ਨਹੀਂ ਕਰ ਸਕੇ ਉਹਨਾਂ ਦਾ ਹੱਕ ਬਣਦਾ ਸੀ ਜਿਸ ਟਾਈਮ ਤੂੰ ਉਹਨਾਂ ਨੂੰ ਸੁਲਾ ਵਾਸਤੇ ਚਾਚੇ ਮਮਾਦਰਾਂ ਦੇ ਡੇਰੇ ਜਾਣ ਵਾਸਤੇ ਉਹਨਾਂ ਨੂੰ ਤੂੰ ਫੋਨ ਤੂੰ ਕੀਤਾ ਕਾਲ ਕੀਤੀ ਤੈਨੂੰ ਪਿਆਜ ਉੱਤੇ ਚਲੀਏ ਤੇ ਉਹਨਾਂ ਦਾ ਹੱਕ ਬਣਦਾ ਸੀ ਕਿ ਤੇਰੀ ਉਹ ਕਾਲ ਰਿਕਾਰਡ ਕਰ ਲੈਂਦੇ ਤੇ ਰਿਕਾਰਡ ਕਰਕੇ ਤੇ ਦੁਨੀਆ ਨੂੰ ਦੱਸਦੇ ਕਿ ਵਾਕਿਆਈ ਕੌਣ ਸੱਚਾ ਤੇ ਕੌਣ ਝੂਠਾ ਹੈ ਤੇ ਇਹ ਟੋਟੇ ਜਿਹੜੇ ਤੂੰ ਵੀਡੀਓ ਦੇ ਡਿਲੀਟ ਕਰਨਾ ਹੈ ਇਹ ਡਿਲੀਟ ਕਰਨ ਨਾਲ ਤੇਰਾ ਸੱਚ ਦੁਨੀਆ ਦੇ ਸਾਹਮਣੇ ਨਹੀਂ ਆ ਸਕਦਾ ਵੀਡੀਓ ਤੇਰੀ ਜਿਹੜੀ ਮੁਕੰਮਲ ਹੈ ਉਹ ਸਾਡੇ ਕੋਲ ਡਾਊਨਲੋਡ ਹੋਈ ਏ ਤੇ ਹੱਕ ਤੇ ਸੱਚ ਜਿਹੜਾ ਹੈ ਇਹ ਦੁਨੀਆ ਦੇ ਸਾਹਮਣੇ ਆਵੇਗਾ ਇਨਸ਼ਾਅੱਲਾ ਤੇ ਆਉਣਾ ਤੇ ਬਾਕੀ ਮੈਂ ਵੀ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਸਾਰੇ ਕੰਮ ਕਰਨੇ ਨੇ ਮੈਂ ਕਾਨੂੰਨ ਤੋਂ ਬਾਹਰ ਕੋਈ ਕੰਮ ਨਹੀਂ ਕਰਨਾ ਉਸ ਤੋਂ ਬਾਅਦ ਗੱਲ ਇਹ ਕਿ ਇਹ ਯੂਰਪ ਏ ਇੱਥੇ ਕਾਨੂੰਨ ਚੱਲਦਾ ਹੈ ਇੱਥੇ ਜੰਗਲ ਕੋ ਨਹੀਂ ਤੇ ਯੂਰਪ ਦੇ ਵਿੱਚ ਇੱਥੇ ਨਾ ਸਫਾਰਿਸ਼ਾਂ ਚਲਦੀਆਂ ਨੇ ਤੇ ਨਾ ਇੱਥੇ ਕੋਈ ਵੱਡੀ ਛੱਡੀ ਚਲਦੀ ਏ ਤੇ ਨਾ ਇੱਥੇ ਕੁਝ ਯੋਰੀਆਂ ਚੀਜ਼ਾਂ ਚਲਦੀਆਂ ਨੇ ਇੱਥੇ ਕਾਨੂੰਨ ਹੈ ਤੇ ਮੈਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਆਪਣੀ ਸਿਕورٹی ਲਵਾਂਗਾ ਇਨਸ਼ਾਅੱਲਾ ਮੇਰੇ ਮੌਲਾ ਨੇ ਚਾਇਆ ਤੇ ਮੈਂ ਆਪਣੇ ਮੁਲਕ ਵੀ ਆਵਾਂਗਾ ਕਿਉਂ ਮੇਰਾ ਆਪਣਾ ਮੁਲਕ ਹੈ ਤੇ ਮੈਂ ਆਉਣਾ ਵੀ ਹੈ ਤੇ ਬਾਕੀ ਵੇਖੋ ਮੈਂ ਕੋਈ بڑا ਜੁਰਮ ਕੋ ਨਹੀਂ ਕੀਤਾ ਜੁਰਮਦਾਰ ਤੂੰ ਐ ਬਹੁਤ بڑا ਕਿ ਤੇਰੀ ਜਿਹੜੀ ਹਿਸਟਰੀ ਹੈ ਪਿੱਛੇ ਸਾਰੀ ਉਹ ਇਹੋ ਜਿਹੇ ਬੰਦੇ ਜੁਰਮਦਾਰ ਹੁੰਦੇ ਨੇ ਮੈਂ ਤੇ ਕੋਈ ਜੁਰਮ ਹੀ ਕੋ ਨਹੀਂ ਕੀਤਾ ਤੇ ਉਹ ਹਿਸਟਰੀ ਵੀ ਸਾਰੀ ਇਨਸ਼ਾਅੱਲਾ ਅਨਕਰੀਬ ਨਿਕਲੇ ਦੀ ਤੇ ਜਿਸ ਟਾਈਮ ਨਿਕਲ ਆਈ ਤੇ ਫਿਰ ਸਾਰੀ ਦੁਨੀਆ ਨੂੰ ਪਤਾ ਲੱਗ ਜਾਏਗਾ ਕਿ ਕੌਣ ਜੁਰਮਦਾਰ ਹੈ ਕੌਣ ਨਹੀਂ ਜੁਰਮਦਾਰ ਹੈ ਤੇ ਕੰਮ ਚੰਗਾ ਅਜੇ ਤੱਕ ਤੂੰ ਕੋਈ ਨਹੀਂ ਕੀਤਾ ਤੇ ਅੱਗੋਂ ਵੀ ਕੋਨੀਉ ਕਰਦਾ ਪਿਆ ਤੇ ਮੈਂ ਤੇ ਨਾ ਅਜੇ ਤੱਕ ਕੋਈ ਬੁਰਾ ਕੰਮ ਕੀਤਾ ਤੇ ਨਾ ਅੱਲਾ ਦੀ ਜ਼ਾਤ ਮੇਰੇ ਤੋਂ ਕਰਵਾਵੇ ਮੈਂ ਐ ਹੀ ਪੈੜਾ ਕੰਮ ਕਰ ਲਿਆ ਜੇ ਮੈਂ ਆਪਣੀ ਮਾਂ ਤੇ ਭੈਣ ਨੂੰ ਜਗ੍ਹਾ ਬਣਾ ਕੇ ਦਿੱਤੀ ਤੇ ਉਹ ਬੜੇ ਸਕੂਨ ਦੀ ਰਹਿ ਗਏ ਨਾ ਉਸ ਤੋਂ ਬਾਅਦ ਮੈਂ ਆਪਣੇ ਬਾਲਦਨ ਦੀ ਖਿਦਮਤ ਕਰਨਾ ਤੇ ਮੈਂ ਅੱਲਾ ਤਾਲਾ ਦਾ ਸ਼ੁਕਰਗੁਜ਼ਾਰ ਆ ਕਿ ਮੈਨੂੰ ਉਹ ਸੈਸ ਜਗ੍ਹਾ ਤੇ ਸੈੱਟ ਕੀਤਾ ਮੈਂ ਇਹਨੇ ਜੋਗਾ ਕੋਨੀ ਸਾਂ ਤੇ ਤੂੰ ਅੱਲਾਹ ਤਾਲਾ ਦਾ ਨਾ ਸ਼ੁਕਰ ਹੈ ਕਿ ਅਗਰ ਤੈਨੂੰ ਜੇ ਨਹੀਂ ਇੱਜ਼ਤ ਮਿਲੀ ਸੀ ਤੇ ਤੂੰ ਆਪਣੀ ਇੱਜ਼ਤ ਨੂੰ ਸੰਭਾਲ ਨਹੀਂ ਸਕਿਆ ਓਕੇ ਅੱਲਾ ਹਾਫਿਜ਼